ਜੀ ਅੱਜ ਤਿਆਰੀਆਂ ਕੀਤੀਆਂ ਗਈਆਂ ਨੇ ਜਿਹੜਾ ਸਾਡੇ ਨਾਲ ਇੱਕ ਛੋਟੀਆਂ ਛੋਟੀਆਂ ਮੁੱਛਾਂ ਵਾਲਾ ਬੰਦਾ ਜਿਹੜੀਆਂ ਜਮੀ ਛੋਟੀਆਂ ਜਿਹੀਆਂ ਮੁੱਛਾਂ ਜਿਹੜੀਆਂ ਗੁੱਤਾਂ ਹੋਣੇ ਵਾਲੀਆਂ ਥੋੜੇ ਟਾਈਮ ਤੱਕ ਉਹਦੇ ਪਾਰਟੀ ਤੇ ਜਾ ਰਹੇ ਅੱਜ ਅਸੀਂ ਉਹਦੇ ਬਾਪੂ ਜੀ ਰਿਟਾਇਰਮੈਂਟ ਹੈ 30-40 ਸਾਲ ਸਰਕਾਰ ਨੂੰ ਬਹੁਤ ਲੁੱਟਿਆ ਬਹੁਤ ਜ਼ਿਆਦਾ ਨਜਾਇਜ਼ ਲੁੱਟਿਆ ਉਹਨਾਂ ਨੇ ਤਾਂ ਯਾਰ ਅੱਜ ਲੁੱਟ ਲਟਈਆ ਬੰਦ ਹੋਣ ਦੇ ਬਾਅਦ ਅੱਜ ਦਾ ਲੁੱਟ ਲਟਈਆ ਸਭ ਕੁਝ ਖਤਮ ਹੋ ਗਿਆ ਠੀਕ ਹੈ ਅੱਜ ਨੂੰ ਉੱਤੇ ਪਾਰਟੀ ਹੈ ਅੱਜ ਸਾਡੇ ਬੰਦੇ ਪਛਾਣ ਪਛੂਣ ਨਹੀਂ ਹੋਣੇ ਆ ਪਿੱਛੇ ਤਰਸੇਮ ਜੱਸੜ ਦਾ ਪੂਰਾ ਭੁਲੇਖਾ ਪੈ ਰਿਹਾ ਅੱਜ ਦਾ ਪਹਿਲਾਂ ਤਾਂ ਮੈਨੂੰ ਐ ਲੱਗਿਆ ਵੀ ਤਰਸੇਮ ਜੱਸੜ ਖੜਾ ਜਣੀ ਕੇ ਦਾ ਇਹ ਇੰਨਾ ਪੱਕਾ ਫੈਨ ਆ ਤਰਸੇਮ ਜੱਸੜ ਦਾ ਤੁਸੀਂ ਪੁੱਛੋ ਹੀ ਨਾ ਮੈਂ ਥੋੜੀ ਜਿਹੀ ਦਾੜੀ ਚ ਕਮੀ ਰਹਿ ਗਈ ਉਹ ਕਹਿੰਦਾ ਉਹਨੇ ਦਾੜੀ ਵਧਾ ਲਈ ਕਟਾਈ ਵੀ ਹੈ ਇਹ ਇੱਥੇ ਤੇ ਪਤਾ ਲੱਗਦਾ ਵੀ ਮੁੰਡਾ ਹੁਣ ਮੰਗਣਾ ਹੋਣੇ ਵਾਲਾ ਮੁੰਡੇ ਦਾ ਤੌਰ ਦੇਖੋ ਤੁਸੀਂ ਮੁੰਡੇ ਤੌਰ ਦੇਖੋ ਪੈਂਟ ਸ਼ਰਟ ਵਿੱਚ ਦਿੱਤੀ ਹੈ ਪੂਰੀ ਟੌਰ ਹੈ ਮਤਲਬ ਇੱਥੇ ਤੇ ਆਪਾਂ ਪੂਰੇ ਜਜਮੈਂਟ ਲਾ ਸਕਦੇ ਜੀ ਮੰਗਣਾ ਮੰਗਣੀ ਤਿਆਰੀ ਹੈ ਉਹਨਾਂ ਦਾ ਪੈਂਟ ਕਰਾਈ ਬਈ ਦੇਖਦਾ ਸਹੀ ਤੂੰ ਥੋੜੇ ਦਿਨਾਂ ਤੱਕ ਇਹਨਾਂ ਦੇ ਵੀ ਕਰਾਂ ਪ੍ਰੋਗਰਾਮ ਇੱਕ ਹੁਣ ਮੈਨਾਂ ਵੀ ਨਾ ਹੱਸ ਰਿਹਾ ਵੀ ਅੱਜ ਮੈਂ ਵਲੌਗ ਚਾ ਰਿਹਾ ਇਹ ਪੂਰਾ ਸਿਰਾ ਸਮਾਈਲਾਂ ਦੇ ਰਿਹਾ ਮਿੰਨੀਆਂ ਤੇਰੀ ਅੱਜ ਟੌਰ ਦੇਖ ਕੇ ਲੱਗ ਰਿਹਾ ਵੀ ਮੰਗਣਾ ਪੂਰਾ ਹੁਣ ਨਹੀਂ ਨਹੀਂ ਮੰਗਣਾ ਤਾਂ ਨਹੀਂ ਵੀ ਆਇਆ ਪਿਆ ਬਸ ਆਹ ਸਾਲ ਚ ਹਾਂ ਮੰਗਣਾ ਨੇਪਣ ਦਾ ਵਿਆਹ ਕਰ ਲੈਣਾ ਵਿਆਹ ਹੀ ਆਊਗਾ ਹਾਂ ਦੋ ਚਾਰ ਦਿਨ ਚ ਜੱਟ ਉਹਨਾਂ ਦੇ ਪ੍ਰੋਗਰਾਮ ਵੀ ਆਉਣਾ ਜੱਟ ਛੁੱਟੀ ਵਾਲੇ ਦਿਨ ਰੱਖੇ ਹੋਏ ਯਾਰ ਮੈਨੂੰ ਮੇਲੇ ਚ ਬੁਲਾ ਲਿਆ ਹੁਣ ਹਾਂ ਤਾਂ ਮੈਂ ਛੁੱਟੀ ਕਰ ਲੂ ਕੋਈ ਚੱਕਰ ਨੀ ਹਾਂ ਕਰ ਲਈ ਉਹਨਾਂ ਨੂੰ ਦੱਸੂਗੇ ਪਹਿਲਾਂ ਥੋੜਾ ਜਾ ਲੇਟ ਹੋ ਗਿਆ ਸਾਡਾ ਬੰਦਾ ਤਿਆਰ ਤਾਂ ਵੈਸੇ ਛੇਤੀ ਹੋ ਗਿਆ ਇੱਧਰ ਫੋਟੋ ਸ਼ੂਟ ਜਾਣ ਦੇ ਪਹਿਲਾਂ ਫੋਟੋ ਸ਼ੂਟ ਚੱਲ ਰਿਹਾ ਮਾਰੋ ਮਾਰ ਜੇ ਕੰਧ ਪਰ ਚੜ੍ਹ ਗਿਆ ਜਿਵੇਂ ਫਿਰ ਬਹੁਤੀ ਜ਼ਿਆਦਾ ਸੋਹਣੀ ਹੋ ਗਈ ਹਾਂ ਇੱਧਰ ਦੁਬਈ ਵਾਲੇ ਸੇਖ ਮਾਰੋ ਮਾਰ ਡਾਇਰੈਕਟਰ ਸਾਹਿਬ ਹਾਂਜੀ ਵਧੀਆ ਪਾਸ ਹੈ ਇੱਕ ਵਾਰ ਫਿਰ ਤੂੰ ਦੁਬਾਰਾ ਭੇਜਣਾ ਨਾ ਇਹ ਫਿਲਟਰ ਲਾ ਕੇ ਨਾ ਸਹੀ ਹੋ ਜਾਣੀ ਹੈ ਇਹਨਾਂ ਗੱਲਬਾਤ ਐਂਡ ਹੋ ਜਾਣੀ ਟੈਨਸ਼ਨ ਨਾ ਲੈ ਤੂੰ ਇਹ ਡਾਇਰੈਕਟਰ ਸਾਹਿਬ ਸਾਡੇ ਚੜਿਆ ਪਿਆ ਵੀਰੇ ਉਹ ਡਾਇਰੈਕਟਰ ਸਾਹਿਬ ਇੱਧਰ ਜੱਸੜ ਸਾਹਿਬ ਜੱਸੜ ਦਾ ਦਾੜੀ ਘਟਾਇਆ ਆ ਗਲਤੀ ਕਰ ਗਿਆ ਬਹੁਤ ਬੜੀ ਹੋਏ ਇੱਧਰ ਜ਼ਰਾ ਸਾਲ ਨਾ ਉਹ ਨਹੀਂ ਚੱਕਰ ਪਤਾ ਕਿਆ ਹੈ ਇਹਨੂੰ ਪਤਾ ਨੀ ਤਾਂ ਵੀ ਅੱਜ ਟਾਈਮ ਪ੍ਰੋਗਰਾਮ ਆ ਜੂਗਾ ਇਹ ਤਾਂ ਐਂ ਤਾਂ ਵੀ ਹੁਣ ਵੀਰ ਦਾ ਮੰਗਣਾ ਹੋ ਗਿਆ ਮੈਂ ਵਿਹਲਾ ਏ ਨਵੀਂ ਰੀਲ ਆਉਣੀ ਨੀ ਹਲੇ
ਬਾਸੜ ਸਾਹਿਬ ਸਾਡੇ ਵਿਚ ਸਾਰੇ ਬੰਦੇ ਪਹੁੰਚ ਗਏ ਆ, ਇਧਰ ਬਿਠਾ ਦੇ ਚੁੰਗੀ ਜੀ ਚ ਆਇਆ, ਪਰ ਹਲੇ ਕੋਈ ਆ ਗਿਆ ਤੁਹਾਡੇ ਕੋਲ ਖਾਣ ਪੀਣ ਨੂੰ ਸਮਾਨ? ਬਾਈ ਕਹਿ ਕੇ ਆਇਆ ਫਿਰ ਸ਼ਗਨ ਲੈਣ ਦੀ ਦੇਣ ਨੂੰ? ਫਿਰ ਚੱਲ ਫੋਟੋਆਂ ਸੁਣੀ ਆ ਜੂਗੀਆਂ। ਸਾਡੇ ਰਿਸ਼ਤੇਦਾਰ ਵੀ ਸਾਡੇ ਵਿਚਕਾਰ ਪਹੁੰਚ ਗਿਆ, ਇੱਧਰ ਤਾਂ ਫੋਟੋ ਸ਼ੂਟ ਨੀ ਮੁੱਕ ਰਿਹਾ, ਮੁੱਕਦਾ ਗਿਆ।